ਜੀ ਪਿਆਰ ਆਪਣੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ ਸਾਰੇ? ਅੱਜ ਆਪਾਂ ਯਾਤਰਾ ਕਰਨ ਲੱਗੇ ਹਾਂ ਜੀ, ਘੱਟ ਤੋਂ ਘੱਟ 4 ਤੋਂ 5 ਗੁਰਦੁਆਰਾ ਸਾਹਿਬ ਦੀ। ਉਹ ਬਾਬਾ ਪ੍ਰੇਮ ਜੀ ਨੂੰ ਸੁੱਖਿਆ ਸੀਗਾ ਕਿ ਮੇਰੀ ਕੁੜੀ ਬਾਹਰ ਜਾ ਵੜੇ, ਅਤੇ ਮੈਂ ਸਾਰੇ ਸੇਵਾਦਾਰ ਨੂੰ ਲੈ ਕੇ ਜਾਊਂਗਾ, ਜਿਵੇਂ ਦਰਬਾਰ ਸਾਹਿਬ ਹੋ ਗਿਆ, ਹੈ ਨਾ ਜੀ, ਤਰਨ ਤਰਨ ਸਾਹਿਬ ਹੋ ਗਿਆ, ਇੱਕ ਬਾਬਾ ਬੁੱਢਾ ਸਾਹਿਬ ਜੀ, ਬਾਬਾ ਟਲ ਜੀ, ਅਤੇ 1-2 ਗੁਰਦੁਆਰੇ ਹੋਰ ਆ ਜੀ। ਅਤੇ ਵਲੋਗ ਪੂਰਾ ਵੇਖੋ, ਕਿਉਂਕਿ ਥੋੜ੍ਹੀ ਵੱਡੀ ਦਾ ਵੀਡੀਓ ਬਣੂੰਗੀ ਅਤੇ ਇੰਟਰਸਟਿੰਗ ਬਣੂੰਗੀ, ਅਤੇ ਪੂਰਾ ਜ਼ਰੂਰ ਵੇਖਿਓ ਜੀ। ਹਾਂਜੀ, ਪਹਿਲਾਂ ਆਏ ਹਾਂ ਸ਼ਹੀਦਾਂ ਵਾਲੇ ਗੁਰਦੁਆਰਾ ਸਾਹਿਬ। ਥੋੜ੍ਹੀ ਭੀੜ ਤਾਂ ਹੈਗੀ ਕਿਉਂਕਿ ਅੱਜ ਐਤਵਾਰ ਆ, ਅਤੇ ਮਿਲਦੇ ਹਾਂ ਬਾਕੀ। ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਫਰੀਦਕੋਟ ਤੋਂ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਆਏ ਦਰਬਾਰ ਸਾਹਿਬ। ਠੀਕ ਹੈ ਜੀ। ਹਾਂਜੀ, ਹੁਣ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਚਾਟੀਵਿੰਡ ਸਾਹਿਬ ਆਏ ਆ। ਹੁਣ ਅੱਗੇ ਚੱਲੇ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਦਰਬਾਰ ਸਾਹਿਬ। ਦਰਬਾਰ ਸਾਹਿਬ ਅੰਗੀਠਾ ਸਾਹਿਬ ਆ ਗਿਆ। ਹੁਣ ਅਸੀਂ ਗੁਰਦੁਆਰਾ ਅੰਗੀਠਾ ਸਾਹਿਬ ਦੇ ਅੱਗੋਂ ਦੀ ਲੰਘ ਰਹੇ ਹਾਂ। ਵਾਹਿਗੁਰੂ ਜੀ। ਆ ਬਈ ਆ ਬਈ ਨੂੰ ਬਹੁਤ ਚਿਰ ਹੋ ਗਿਆ, ਕਿੰਨੇ ਦਿਨ ਹੋ ਗਏ ਦਰਬਾਰ ਸਾਹਿਬ ਆਇਆ? ਅੱਜ ਪਹਿਲਾਂ ਕਦੋਂ ਆਇਆ ਸੀਗਾ? ਪਹਿਲਾਂ 5 ਸਾਲ ਹੋਏ ਹੁਣ, ਦੱਸਦੇ ਹੋਣੇ 5 ਸਾਲ ਪਹਿਲਾਂ ਆਏ ਸੀ ਬਾਬੇ। ਉਹ ਛੋਟੇ ਹੁੰਦੇ ਹੈ? ਛੋਟੇ ਹੁੰਦੇ ਛੋਟੇ ਹੁੰਦੇ ਆਇਆ ਸੀਗਾ। ਆਹੋ, ਛੋਟੇ ਹੁੰਦੇ ਆਏ ਸੀ, 5 ਸਾਲ ਕਿੰਨੇ ਹੁੰਦੇ? ਠੀਕ ਹੈ, 13-14 ਸਾਲ ਦਾ ਸੀ ਉਦੋਂ ਆਇਆ। ਬਾਬੇ ਨੂੰ ਨਜ਼ਾਰਾ ਬੜਾ ਹੀ ਜਾਂਦਾ, ਅਸੀਂ ਬਾਜ਼ਾਰ 'ਚ ਘੁੰਮੀ ਜਾਂਦੇ ਹਾਂ। ਠੰਡ ਬਹੁਤ ਆ, ਠੰਡ ਬਹੁਤ ਆ, ਧੁੰਦ ਵੀ ਬਹੁਤ ਆ, ਧੁੰਦ ਵੀ ਬਹੁਤ ਆ। ਸਵੇਰ ਦੇ ਚੱਲੇ ਹਾਂ, ਬਾਬਾ ਪ੍ਰੇਮ ਗਰਮ ਹੋਇਆ ਪਿਆ। ਸੁੱਖਾ ਜੀ ਠੀਕ ਠਾਕ? ਹਾਂਜੀ ਹਾਂਜੀ, ਗੁਰੂ ਦੇ ਘਰੇ ਆਏ ਆ, ਬਹੁਤ ਬੈਲਟ ਸੇਵਾ ਚੱਲ ਰਹੀਆਂ ਗੁਰੂ ਦੇ ਘਰ ਦੀਆਂ। ਸਹੀ ਗੱਲ, ਸਹੀ ਗੱਲ। ਹਾਂਜੀ, ਦਰਬਾਰ ਸਾਹਿਬ ਚ ਬੜੀ ਸੰਗਤ ਆਈ ਆ। ਫਰੀਦ ਅੱਜ ਐਤਵਾਰ ਥੋੜਾ ਰਸ਼ ਤਾਂ ਹੋਊਗਾ ਨਾ? ਹਾਂ, ਫਰੀਦਕੋਟ ਤੋਂ ਆਈ ਬੜੀ ਸੰਗਤ ਗੁਰੂ ਘਰੇ, ਅੱਜ ਤਾਂ ਐਤਵਾਰ ਦਾ ਥੋੜਾ ਰਸ਼ ਤਾਂ ਹੋਊਗਾ, ਰੌਣਕਾਂ ਲੱਗੀਆਂ ਗੁਰੂ ਦੇ ਘਰ ਚ। ਸਹੀ ਗੱਲ। ਹਾਂਜੀ, ਦਿੱਲੀ ਵਾਲਿਆਂ ਦਾ ਮਹਾਰਾਜ ਮੋਰਚਾ ਫਤਾ ਕਰੀ। ਸਹੀ ਗੱਲ ਹੈ, ਸਹੀ ਗੱਲ। ਠੀਕ ਆ, ਇੱਥੇ ਘਰੇ ਆਏ ਆ, ਅਰਦਾਸ ਕਰਨ ਆਏ ਵੀ ਦਿੱਲੀ ਵਾਲਿਆਂ ਦਾ ਮੋਰਚਾ ਮੋਰਚਾ ਫਤਿਹ ਕਰੀ ਮਹਾਰਾਜ। ਸਹੀ ਗੱਲ, ਜਦੋਂ ਮੁੜਨ ਹੋ ਜਿੱਤ ਕੇ ਮੁੜਨ, ਜਿੱਤ ਕੇ ਮੁੜਨ ਜੀ। ਸਹੀ ਗੱਲ ਹੈ। ਸੰਗਤਾਂ ਇਸ਼ਨਾਨ ਪਾਣੀ ਕਰਨ ਲੱਗੀਆਂ, ਬੁਰੇ ਸੰਗਤਾਂ ਇਸ਼ਨਾਨ ਪਾਣੀ ਕਰਨ ਲੱਗੀਆਂ ਜੀ ਮਾਰਿਓ। ਠੀਕ ਹੈ, ਰੌਣਕਾਂ ਖਾ ਮਹਾਰਾਜ ਦੀਆਂ, ਸਾਰਿਆਂ ਨੂੰ ਰੌਣਕਾਂ ਖਾ। ਅੱਜ ਵੀਕਐਂਡ ਕਰਕੇ ਸੰਗਤਾਂ ਬਹੁਤ ਆ ਜੀ। ਚੱਲ ਬਾਬਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਸ਼ਨਾਨ ਕਰਕੇ ਬਹੁਤ ਵਧੀਆ ਲੱਗਿਆ ਜੀ, ਠੰਡ ਸੁੰਡ ਸਭ ਦੂਰ ਹੋ ਗਈ।
ਥੋੜਾ ਜਲ ਠੰਡਾ ਤਾਂ ਸੀਗਾ। ਹਾਂਜੀ ਠੰਡਾ ਸੀ ਪਰ ਉਹਨਾਂ ਨਹੀਂ ਸੀ। ਜਦੋਂ ਬਾਅਦ ਜਦੋਂ ਆਪਾਂ ਇਹ ਗੁਰੂ ਦੀਆਂ ਸੰਗਤਾਂ ਨੂੰ ਸਾਰੀਆਂ ਨੂੰ ਇਸ਼ਨਾਨ ਕਰਨਾ ਚਾਹੀਦਾ। ਸਹੀ ਗੱਲ ਹੈ ਮਹਾਰਾਜ ਦੇ ਘਰੇ ਕਰਮਾਂ ਨਾਲ ਆਇਆ ਜਾਂਦਾ। ਬਾਕੀ ਉਹਨੂੰ ਨਹੀਂ ਕਰਦੇ ਮਗਰੋਂ ਅਸੀਂ ਆਏ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਦਾ ਖਾਲਸਾ ਹੋਵੇ ਫਤਿਹ। ਹੋਰ ਕਿਵੇਂ ਲੱਗਿਆ ਸੁਣਨ ਕਰਕੇ? ਬਹੁਤ ਵਧੀਆ ਲੱਗਿਆ ਜੀ, ਆਨੰਦ ਆ ਗਿਆ ਜੀ, ਨਜ਼ਾਰਾ ਆ ਜਾਂਦਾ ਜੀ। ਬਾਕੀ ਲਓ ਜੀ ਵਾਹਿਗੁਰੂ ਜੀ। ਦੇਖੋ ਬਾਬੇ ਉਹ ਲੈਣ, ਅੱਜ ਐਤਵਾਰ ਕਰਕੇ ਸੰਗਤਾਂ ਹਜੇ ਕਿਤੇ ਆ ਕੇ ਉਹ ਉੱਥੇ ਜਾਣਾ ਆਪਾਂ ਅੰਦਰ ਜਾਣਾ, ਇੱਥੋਂ ਸ਼ੁਰੂ ਹੁੰਦੀ ਲੈਣ। ਦਾਦੇ ਰੂਬੀ ਕੋ ਲੈਣਾ ਤਾਂ ਬਹੁਤ ਮਾਲ ਆ ਇੱਥੇ ਹੈ। ਹੁਣ ਆਪਾਂ ਪਹੁੰਚ ਚੁੱਕੇ ਹਾਂ ਬੁੱਢਾ ਸਾਹਿਬ, ਹਨਾ ਜੀ। ਹਾਂਜੀ, ਤੇ ਹੁਣ ਇਸ ਤੋਂ ਬਾਅਦ ਕਿੱਥੇ ਜਾਣਾ? ਇਸ ਤੋਂ ਬਾਅਦ ਜਾਣਾ ਜੀ ਅਸੀਂ ਤਰਨ ਸਾਹਿਬ, ਉਸ ਤੋਂ ਬਾਅਦ ਮੁੜ ਕੇ ਝੂਲਣੇ ਮਹਿਲ ਮਹਾਰਾਜ ਦੇ ਜੀ, ਹਰਗੋਬਿੰਦ ਸਾਹਿਬ ਦੇ ਗੁਰਦੁਆਰੇ। ਠੀਕ ਹੈ ਜੀ, ਉਸ ਤੋਂ ਬਾਅਦ ਕਰੇ? ਹਾਂਜੀ, ਉਸ ਤੋਂ ਬਾਅਦ ਕਰੇ ਜੀ ਘਰਾਂ ਨੂੰ ਵਾਪਸੀਆਂ। ਵਾਪਸ ਜੀ। ਠੀਕ ਹੈ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਧੰਨਵਾਦ ਬੁੱਢਾ ਸਾਹਿਬ। ਠੀਕ ਠਾਕ ਇਸ ਤੋਂ ਅਗਲਾ ਗੁਰਦੁਆਰਾ ਸਾਹਿਬ ਕਿਹੜਾ? ਅਗਲਾ ਆਊਗਾ ਜੀ ਝੂਲਣੀ ਮਹਿਲ, ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਚੱਲਦੇ ਆ। ਹਾਂਜੀ, ਸ਼੍ਰੀ ਵਾਹਿ ਗੁਰੂ ਜੀ। ਦੇਖੋ ਬਾਬਿਓ
ਵੇਖ ਬਾਬੇ ਵੇਖ ਡਰਨਾ ਜਾਈ ਡਰਨਾ ਜਾਈ ਉੱਥੇ ਹਿਲਦਾ ਕਦੋਂ ਪਾਣੀ ਏ ਹੁਣ ਪਹੁੰਚੇ ਆ ਜੀ ਹਰੀ ਕੇ ਪੱਤਣ ਆਹ ਵੇਖੋ ਅਮਨ ਨਹੀਂ ਠੀਕ ਆ ਯਾਰ ਚੂਹੀ ਵਾਲਾ ਹੈ ਇਤਿਹਾਸ ਕੀ ਹੈ ਤੁਹਾਡਾ ਇਹ ਬਾਬਾ ਈਸ਼ਰ ਸਿੰਘ ਦਾ ਗੁਰਦੁਆਰਾ ਜੀ ਨਾਨਕ ਵਾਲੇ ਸੰਤਾਂ ਦਾ ਠੀਕ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ ਸੰਗਤਾਂ ਆਉਂਦੀਆਂ ਜਾਂਦੀਆਂ ਦਰਸ਼ਨ ਕਰਦੀਆਂ ਮਹਾਰਾਜ ਜੀ ਝੂਲ ਮਿਲ ਤਾਂ ਨਹੀਂ ਗਏ ਕਿਉਂਕਿ ਆਉਂਦੇ ਹੀ ਆਉਣਾ ਸੀਗਾ ਥੋੜ੍ਹਾ ਜਿਹਾ ਦੂਰ ਪੈ ਜਾਣਾ ਸੀਗਾ ਤਾਂ ਕਿ ਉਹ ਭੈਣ ਕੈਂਸਲ ਕਰਦਾ ਅਤੇ ਆਪਾਂ ਇੱਥੇ ਆ ਗਏ ਹਰੇਕ ਪਤਨ ਸਾਹਿਬ ਚਲੋ ਠੀਕ ਹੈ ਜੀ ਵਲੋਗ ਨੂੰ ਇੱਥੇ ਐਂਡ ਕਰਦੇ ਹਾਂ ਕਿਉਂਕਿ ਪਹਿਲਾਂ ਤੋਂ ਹੀ ਬਹੁਤ ਵੱਡਾ ਬਣ ਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ।